ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਡੀ ਜਿਹੜੀ ਟਰੈਡੀਸ਼ਨ ਹੈ, ਸਾਡੀ ਜੋ ਪਰੰਪਰਾ ਹੈ ਅਰਦਾਸ ਦੀ, ਅਸੀਂ ਖੜ੍ਹੇ ਹੋ ਕੇ ਬੜੇ ਅਦਬ ਸਹਿਤ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ। ਇਸ ਲਈ ਮੈਂ ਸਮੂਹ ਜਿਹੜੇ ਇੱਥੇ ਵੀਰ ਭੈਣ ਬਜ਼ੁਰਗ ਬੈਠੇ ਹਨ, ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪ ਜ਼ਰੂਰ ਖੜ੍ਹੇ ਹੋਣ ਦੀ ਖੇਚਲ ਕਰੋ। ਜਿਹੜੇ ਸਿਰ ਢੱਕ ਸਕਦੇ ਹਨ, ਜਿਹਨਾਂ ਸਾਡਾ ਕਿਉਂਕਿ ਆਸਥਾ ਵਿਸ਼ਵਾਸ ਹੈ, ਸਾਡੀ ਇੱਕ ਪਰੰਪਰਾ ਹੈ, ਤਾਂ ਉਹ ਜ਼ਰੂਰ ਜਿਹੜਾ ਹੈ, ਜਿਹਨਾਂ ਪਾਸ ਸੁਵਿਧਾ ਹੈ ਤਾਂ ਉਹ ਕਰਨ। ਔਰ ਅਰਦਾਸ ਵਿੱਚ ਜਿਹੜੀ ਸਾਡੀ ਪਰੰਪਰਾ ਹੈ, ਅਸੀਂ ਇਸ ਨੂੰ ਵੀ ਇਸ ਰੂਪ ਵਿੱਚ ਧਿਆਨ ਵੀ ਰੱਖ ਕੇ ਹੀ ਤੁਰਦੇ ਹਾਂ। ਤਾਂ ਹੁਣ ਅਰਦਾਸ ਹੋਵੇਗੀ। ਤੁਧਿਆ ਗੈ ਅਰਦਾਸ ਹਮ ਜੀਓ ਪਿੰਡ ਤੇਰਾ ਕਹੁ ਨਾਨਕ, ਤੇਰੀ ਵਡਿਆਈ ਕੋਈ ਨਾਉ ਨ ਜਾ ਮੇਰਾ ਕਹੁ ਨਾਨਕ, ਸਾ ਆਈ ਕੋਈ ਨਾਉ ਨ ਜਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ, ਦੇਖ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੇ ਓਟ, ਸੱਚੇ ਪਿਤਾ ਵਾਹਿਗੁਰੂ ਜੀਓ, ਇਸ ਬੰਦਰਗਾਹ 'ਤੇ ਗੁਰੂ ਨਾਨਕ ਜਹਾਜ਼ ਦੀ 110 ਸਾਲਾ ਅਮਨ ਦੇ ਚੜ੍ਹਦੀ ਕਲਾ ਦੇ ਸਫ਼ਰ ਵਜੋਂ ਮਨਾਉਣ ਹਿੱਤ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਦਤਾਰ ਪਾਤਸ਼ਾਹ ਜੀਓ, ਇਹ ਜੇ ਅਖਟਾਂ ਦਾ ਮਹਾਨ ਆਸ਼ਾ ਉਦੇਸ਼ ਆਦਰਸ਼ ਸਮੂਹ ਪ੍ਰਾਣੀਆਂ ਦੇ ਹਿਰਦੇ ਵਿਖੇ ਵਸਾਉਣਾ, ਜੋ ਇਸ ਘਟਨਾ ਦਾ ਸਾਕਾਰਾਤਮਕ ਪੱਖ ਹੈ, ਸਮੂਹਾਂ ਦੇ ਹਿਰਦੇ ਵੀ ਦ੍ਰਿੜ ਕਰਾ, ਉਸ ਨੂੰ ਅਮਲੀ ਜਾਮਾ ਪਹਿਨਾ ਅਪਣਾ। ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਦਤਾਰ ਪਾਤਸ਼ਾਹ ਜੀ ਇਸ ਜੋੜੇ ਮਾਲੀ ਨੂੰ ਇਸ ਰੂਪ ਵਿੱਚ, ਅਮਲੀ ਰੂਪ ਵਿੱਚ ਮਨਾਉਣ ਦੀ ਸਮੂਹ ਸੁਸਮੇਵਾਰ ਸੱਜਣਾਂ ਨੂੰ ਸਮਰੱਥਾ ਪ੍ਰਦਾਨ ਕਰਨਾ। ਇਸ ਘਟਨਾ ਨਾਲ ਜੁੜੇ ਹੋਏ ਉਹ ਪਹਿਲੂ ਜਿਨ੍ਹਾਂ ਨੂੰ ਗਰੀਬ ਨਵਾਜ਼ ਪਾਤਸ਼ਾਹ ਜੀ ਉਹ ਜਾਣੇ ਅਣਜਾਣੇ ਨਜ਼ਰ ਅੰਦਾਜ਼ ਕੀਤਾ ਗਿਆ ਜਾਂ ਹੋ ਗਏ, ਸਮਰੱਥਾ ਪ੍ਰਦਾਨ ਕਰਨਾ ਕਿ ਅਸੀਂ ਉਸ ਦਾ ਉਸਾਰੂ ਪਾਕ ਸਾਹਮਣੇ ਰੱਖ ਇਸ ਇਕੱਠ ਰਾਹੀਂ ਅਸੀਂ ਰਲ ਮਿਲ ਹਮਲਾ ਮਾਰ ਕੇ ਉਹਨਾਂ ਬਜ਼ੁਰਗਾਂ ਦੇ ਉਹਨਾਂ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾ ਸਕੀਏ। ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਧ ਸਿੰਘ ਜੀ, ਆਪ ਬੈਠ ਸਕਦੇ ਹੋ। ਤੋ ਅਗਲੀ ਜੋ ਕਾਰਵਾਈ ਹੈ ਉਹ ਜੋ ਸੰਚਾਲਕ ਹੰਸ ਦੇ ਉਹ ਪ੍ਰਾਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।